1896 ਤੋਂ ਸ਼ੁਰੂ ਹੋਈਆਂ ਮਾਡਰਨ 올림픽 ਖੇਡਾਂ ਵਿੱਚ ਕੁਸ਼ਤੀ ਮੂਰਲੀ ਕਤਾਰ ਵਿੱਚ ਰਹੀ ਹੈ। ਪਹਿਲੀਆਂ ਮਾਡਰਨ 올림픽 ਖੇਡਾਂ ਵਿੱਚ ਗ੍ਰੀਕੋ ਰੋਮਨ ਰੈਸਲਿੰਗ ਸ਼ਾਮਲ ਸੀ ਅਤੇ 1904 ਵਿੱਚ ਫ੍ਰੀ ਸਟਾਈਲ ਰੈਸਲਿੰਗ ਵੀ ਇਸ ਵਿੱਚ ਸ਼ਾਮਲ ਕਰ ਲਈ ਗਈ, ਪਰ ਪਿਛਲੇ ਹਫ਼ਤੇ 올림픽 ਕਮੇਟੀ ਵੱਲੋਂ ਇੱਕ ਵਿਵਾਦਗ੍ਰਸਤ ਫੈਸਲਾ ਲਿਆ ਗਿਆ ਅਤੇ ਹੁਣ ਰੈਸਲਿੰਗ ਨੂੰ 2020 ਦੀਆਂ ਖੇਡਾਂ ਵਿੱਚ ਸ਼ਾਇਦ ਸ਼ਾਮਲ ਨਾ ਕੀਤਾ ਜਾਵੇ। ਕੁਸ਼ਤੀ ਪ੍ਰੇਮੀ ਨਿਰਾਸ਼ ਅਤੇ ਨਾਰਾਜ਼ ਹਨ। ਸਾਡੇ ਲੋਕਲ ਭਲਵਾਨ ਅਰਜਨ ਭੁੱਲਰ, ਜੋ ਪਿਛਲੇ ਸਾਲ 올림픽 ਖੇਡਣ ਗਏ ਸਨ, ਨਾਲ ਅਸੀਂ ਗੱਲਬਾਤ ਕੀਤੀ। ਬਸ ਜੀ, ਮੇਰੇ ਖਿਆਲ ਸਾਰਿਆਂ ਨੂੰ ਹੁਣ ਪਤਾ ਲੱਗ ਗਿਆ ਵੀ IOC ਨੇ ਇਹ ਅਨਾਊਂਸਮੈਂਟ ਕੀਤੀ ਹੈ। ਮੇਰੇ ਖਿਆਲ ਵੀਕ ਹੋ ਗਏ ਹੁਣ ਤਾਂ, ਬਾਕੀ ਸਾਰੀ ਦੁਨੀਆ ਤੋਂ ਸਾਰੀ ਮੀਡੀਆ ਵੀ ਇਹੀ ਕਹਿੰਦੇ ਆ ਵੀ ਦਿਸ, ਸਾਰੀ ਦੁਨੀਆ ਕਹਿੰਦੀ ਆ ਵੀ ਦਿਸ ਇੰਪੋਸੀਬਲ। ਰੈਸਲਿੰਗ ਆਪਣੀ ਗੇਮ ਸਭ ਤੋਂ ਇਹ ਪੁਰਾਣੀ ਗੇਮ ਆ ਅਤੇ ਸਭ ਤੋਂ ਬੇਸਿਕ ਗੇਮ ਆ, ਤਾਂ ਇਹ ਮੇਰਾ ਖਿਆਲ ਨਹੀਂ ਕਿ ਇਹ ਗੱਲ ਹੋ ਸਕਦੀ। ਪਹਿਲਾਂ ਤਾਂ ਪਤਾ ਨਹੀਂ ਸੀ ਮੈਨੂੰ, ਜਦੋਂ ਪਹਿਲਾਂ ਪਤਾ ਲੱਗਾ, ਇਹ ਪਤਾ ਲੱਗਾ ਸੀ ਵੀ ਰੈਸਲਿੰਗ ਕਿੱਕ ਆਊਟ ਹੋ ਗਈ, ਤਾਂ ਮੈਂ ਹੈਰਾਨ ਹੋ ਗਿਆ ਸੀ ਵੀ ਇਹ ਕਿੱਦਾਂ ਹੋ ਸਕਦੀ ਗੱਲ ਕਰਕੇ। ਦੂਸਰੀ ਸਪੋਰਟਸ ਲਈ ਯੂਨੋ, ਜਿੱਦਾਂ ਬੇਸਬਾਲ ਲਈ, ਟੈਨਿਸ ਲਈ, ਸੌਕਰ ਲਈ, ਹੋਰ ਪ੍ਰੋਫੈਸ਼ਨਲ ਲੀਗ ਹੈਗੀ ਇਹਨਾਂ ਕੋਲ, ਹੈ ਨਾ, ਤਾਂ ਪ੍ਰਵਾਨਾਂ ਲਈ ਇਹੀ ਹੁੰਦੀ ਆ ਵੀ 올림픽 ਪਹੁੰਚਣਾ, ਗੋਲਡ ਮੈਡਲ ਜਿੱਤਣੀ ਆਪਦੇ ਮੁਲਕ ਲਈ। ਸੋ ਬਾਅਦ 'ਚੋਂ ਤਾਂ ਮੈਨੂੰ ਪਤਾ ਲੱਗਾ ਵੀ ਹਾਲੇ ਫਾਈਨਲ ਵੋਟ ਹੋਣੀ ਆ। ਸੋ ਉਦੋਂ ਦੇ ਅਸੀਂ ਪਿੱਛੇ ਲੱਗੇ ਹਾਂ ਵੀ ਜਿੰਨੀ ਸਪੋਰਟ ਕਰ ਸਕਦੇ ਇਹ IOC ਨੂੰ ਦਿਖਾਉਣ ਲਈ ਵੀ ਰੈਸਲਿੰਗ ਚਾਹੀਦੀ ਆ, ਉਹ ਅਸੀਂ ਕਰਦੇ ਹਾਂ ਜੀ ਰੋਜ਼। ਜਿੱਦਾਂ ਜੋ ਮੈਂ ਸ਼ੁਰੂ ਕੀਤੀ ਸੀ ਇਹੀ ਸੀ, ਮੈਂ 올림픽 ਗੋਲ ਜਿੱਤਣਾ ਕੈਨੇਡਾ ਵੱਲੋਂ, ਇਹ ਮੇਰਾ ਗੋਲ ਸੀਗਾ। ਉਹ ਆਪਾਂ ਹਾਲੇ ਗੱਲ ਕਰਨੀ ਨਹੀਂ ਕਰਕੇ ਕਿੱਕ ਆਊਟ ਹੋਈ ਨਹੀਂ, ਇੱਦਾਂ ਆਪਾਂ ਸੋਚਣਾ ਹੀ ਨਹੀਂ ਹਾਲੇ। ਪਰ ਇਹ ਵੀ ਆ ਵੀ 올림픽 ਤੋਂ ਬਗੈਰ ਬਹੁਤ ਇੱਥੇ ਸਪੋਰਟਸ ਰੈਸਲਿੰਗ ਤੋਂ ਮਿਲਦਾ ਨਿਆਣਿਆਂ ਵਾਸਤੇ। ਹੁਣ ਦੇਖੋ ਸਾਰੇ ਜਿਹੜੇ ਆਪਣੇ ਅਖਾੜੇ 'ਚ ਹੁੰਦੇ ਆ, ਮਾਂ ਪਿਓ ਨਾਲ ਉੱਥੇ ਜਾਂਦੇ, ਮਿਹਨਤ ਕਰਦੇ ਆ, ਇਹ ਗੁੱਡ ਚੀਜ਼ ਹੀ ਆ। ਇਟ ਡਜ਼ਨਟ ਮੈਟਰ ਇਫ ਦੇ ਗੈਟ ਟੂ ਦੀ 올림픽ਸ ਔਰ ਨਾਟ, ਯੂਨੋ। ਬਹੁਤ ਹੈ ਜਿਹੜੇ ਆਪਣੇ ਯੂਨੋ ਕਮਿਊਨਿਟੀ 'ਚ ਕਿੰਨੀ ਹੁਣ ਇਹ ਭਰਵਾਨੀ ਚੱਲ ਰਹੀ ਆ ਵੀ ਨਿਆਣੇ ਕਿੰਨੇ ਬਚਦੇ ਆ ਹੋਰ ਮਾੜੇ ਕੰਮਾਂ 'ਚ। ਸੋ 올림픽 ਬਗੈਰ ਵੀ ਇਹ ਬਹੁਤ ਮਿਲਦਾ ਜੇ ਨਿਆਣਾ ਭਰਵਾਨੀ 'ਚ ਲੱਗਦਾ ਆ, ਤਾਂ ਗਾਂ ਹੁਣ ਦੇਖੋ ਆਪਾਂ ਫਾਈਟ ਇਹੀ ਕਰਨੀ ਆ ਵੀ ਨਾ ਇਹ ਰਿਮੂਵ ਹੋਵੇ, ਤਾਂ ਮਿਹਨਤ ਹੈ ਉੱਦਾਂ ਵੀ ਇਹ ਨਾ ਹੋ ਗਈ ਡਿਸੀਜਨ। ਦੇਖੋ ਹਰੇਕ ਚੀਜ਼ ਪੋਲੀਟਿਕਸ ਹੁੰਦੀ ਆ, ਤਾਂ ਜਿਹੜੀ 올림픽 ਗੇਮਸ ਆ ਉਹ ਉਹ 'ਚ ਪੈਸਾ ਵੀ ਬਹੁਤ ਆ ਉਹਦੇ ਇਨਵੋਲਵ, ਸੋ ਕਈ ਗੱਲਾਂ ਹੋ ਜਾਂਦੀਆਂ। ਸੋ ਇਹੀ ਆਪਣੇ ਸਰ ਜੀ ਫੈਡਰੇਸ਼ਨ ਦੱਸਦੀ ਆ, ਬਾਕੀ ਫੈਡਰੇਸ਼ਨ ਗੱਲਾਂ ਕਰਦੀ ਵੀ ਕੋਈ ਡਿਹੜੀ ਪੋਲੀਟਿਕਸ ਚੱਲ ਰਹੀ ਆ। ਪਰ ਉਮੀਦ ਤਾਂ ਹੈ ਹੁਣ ਜੇ ਸਾਰੀ ਦੁਨੀਆ ਇਹ ਗੱਲ ਗੱਲਾਂ ਕਰਦੀ ਆ ਵੀ ਰੈਸਲਿੰਗ ਹੋਣੀ ਚਾਹੀਦੀ ਵਿੱਚ, ਇੱਦਾਂ ਨਹੀਂ ਵੀ ਇੱਦਾਂ ਕਰ ਸਕਦੇ ਰੈਸਲਿੰਗ ਨੂੰ, ਇਫ ਦ ਹੋਲ ਵਰਲਡ ਵਾਂਟਸ ਹੱਕ ਇਨ ਦ ਕਿੱਕ ਇਟ ਆਊਟ ਰਾਈਟ। ਰੈਸਲਿੰਗ ਨੂੰ ਹੁਣ 7 ਖੇਡਾਂ ਦੀ ਸੂਚੀ ਵਿੱਚ ਪਾ ਦਿੱਤਾ ਗਿਆ ਹੈ ਅਤੇ ਇਹਨਾਂ 7 ਵਿੱਚੋਂ ਇੱਕ ਹੀ 올림픽 2020 ਵਿੱਚ ਸ਼ਾਮਲ ਕੀਤੀ ਜਾਵੇਗੀ। ਯਾਰ ਦੇਖੋ ਹੁਣ ਇਹ ਕਹਿੰਦੇ ਵੀ ਟਿਕਟ ਸੇਲਸ ਨਹੀਂ ਹੁੰਦੀ ਵੀ TV ਰੇਟਿੰਗਸ ਨਹੀਂ, ਇਟਸ ਨੋਟ ਟਰੂ। ਹਰੇਕ 올림픽 ਗੇਮਸ ਸਾਡਾ ਵੈਨਿਊ ਸੋਲਡ ਆਊਟ ਹੁੰਦਾ, ਟਿਕਟ ਮਿਲਦਾ ਇੰਨੇ ਕਾ। ਹੁਣ ਫੈਮਿਲੀ ਗਈ ਸੀ ਪਿੱਛੇ ਮੇਰੇ ਨਾਲ, ਤਾਂ ਸਾਨੂੰ ਟਿਕਟ ਕੋਈ ਇੱਥੇ ਮਿਲਦਾ ਨਹੀਂ ਸੀਗੀ, ਤਾਂ ਹਰੇਕ ਗੇਮਸ ਇੱਦਾਂ ਹੁੰਦਾ ਆ। ਬਾਕੀ TV ਰੇਟਿੰਗਸ ਇਹ ਹੁੰਦੇ, ਲੋ ਆਪਣਾ ਸੁਸ਼ੀਲ ਕੁਮਾਰ ਕੋਲ ਸੀ ਇੰਡੀਆ ਨੂੰ, ਓਵਰ ਬਿਲੀਅਨ ਪੀਪਲ ਇੰਡੀਆ, ਜੇ ਹਾਫ ਦ ਕੰਟਰੀ ਇਫ ਦੇ ਵਾਚਡ ਹਿਮ ਵਿਨ, 500 million ਪੀਪਲ ਉੱਥੇ ਹੋ ਗਿਆ। ਸੋ ਇਹ ਗੇਮ ਸਾਰੇ ਪਾਸੇ ਚੱਲਦੀ ਹੈ। ਹੁਣ ਜਪੈਨ ਦੇਖ ਲਓ, ਰਸ਼ੀਆ, ਇਰਾਨ, ਟਰਕੀ, USA ਕਹਿੰਦਾ ਵੀ ਸਾਡੇ ਕੋਲ ਜਿਸਟ ਇਨ ਆਰ ਕੰਟਰੀ ਮਿਲੀਅਨ ਰੈਸਲਰ ਆ। ਸੋ ਬਾਕੀ ਜਿਹੜੇ ਇਹ ਸਪੋਰਟਸ ਨੂੰ ਇਹ ਕੰਪੇਅਰ ਕਰਦੇ ਆ, ਇੰਨੀ ਉਹਨਾਂ ਕੋਲ ਇਨਵੋਲਵਮੈਂਟ ਹੈ ਹੀ ਨਹੀਂ, ਪਾਰਟੀਸਪੇਸ਼ਨ ਇੰਨੀ ਹੈ ਹੀ ਨਹੀਂ। ਸੋ ਜਿਹੜੀ ਆਪਣੀ IOC ਦੀ ਕ੍ਰਾਈਟੇਰੀਆ ਆ, ਇਹ ਇਟ ਡਜ਼ਨਟ ਹੋਲਡ ਅਪ। ਰੈਸਲਿੰਗ ਪਾਸਿਸ ਔਨ ਆਲ ਅਕਾਊਂਟਸ, ਯੂ ਨੋ, 180 ਕੰਟਰੀਜ਼ ਕੰਪੀਟ ਇਨ ਰੈਸਲਿੰਗ, ਮੁੰਡਿਆਂ ਲਈ ਵੀ ਆ, ਕੁੜੀਆਂ ਲਈ ਵੀ ਆ, ਯੂ ਨੋ। ਬਾਕੀ ਜਿੱਦਾਂ ਆਪਾਂ ਟੈਥਲੋਨ ਕਹਿੰਦੇ ਸੀਗੇ, ਉਹ ਅਮੀਰਾਂ ਦੀ ਗੇਮ ਆ, ਬੰਦਾ ਕਿੱਦਾਂ ਘੋੜਾ ਖਰੀਦ ਸਕਦਾ ਉਹ ਕਰਨ ਦੀ ਗੇਮ। ਬਾਕੀ ਉਹਨਾਂ ਦੀ ਰਾਈਫਲ ਹੁੰਦੀ, ਉਹ ਹਜ਼ਾਰਾਂ ਡਾਲਰ ਦੀ ਉਹ ਰਾਈਫਲ ਹੁੰਦੀ ਆ। ਰੈਸਲਿੰਗ ਵਾਲੀ ਸਿੱਧੀ ਬੰਦਿਆਂ ਦੀ ਗੇਮ, ਇਹ ਕੋਈ ਪੈਸਾ ਵੀ ਨਹੀਂ ਚਾਹੀਦਾ। ਸੋ ਯੂ ਨੋ, ਜਿਹੜੀ ਕ੍ਰਾਈਟੇਰੀਆ ਹੈ 올림픽 ਕਮੇਟੀ ਦੀ, ਰੈਸਲਿੰਗ ਸਾਰੇ ਪਾਸਿਓਂ ਪੈਸ ਹੁੰਦੀ ਆ, ਪਰ ਉੱਦਾਂ ਦੇਖੋ ਕੀ ਬਣਦਾ ਜੀ। ਯਾਦ ਆ ਮੀਨ ਦਿਸ ਓਵਰਸ ਥਿੰਗਸ ਯੂ ਕੈਨ ਇੰਪਰੂਵ ਆਨ। ਮੇਰੇ ਖਿਆਲ ਜਿੱਦਾਂ ਕੈਨੇਡਾ ਦੇ ਵਿੱਚ, ਨੌਰਥ ਅਮਰੀਕਾ ਦੇ ਵਿੱਚ ਆਪਣੀ BC ਨੇ ਬਹੁਤ ਤਰੱਕੀ ਕੀਤੀ ਆ ਆਪਣੀ ਕਮਿਊਨਿਟੀ ਦੇ ਕਰਕੇ ਵਿੱਚ, ਯੂ ਨੋ, ਤੁਹਾਡੇ ਅੰਗਰ ਜਿਹੜੀ ਮੀਡੀਆ ਆ ਸਾਨੂੰ ਸਪੋਰਟ ਕਰਦੀ ਆ, ਬਾਕੀ ਨਿਆਣੇ ਬਹੁਤ ਲੱਗੇ, ਰਿਜ਼ਲਟਸ ਸਾਡੇ ਕੋਲ ਹੈਗੇ ਆ। ਬਾਕੀ ਦੇ ਸਪੋਰਟਸ ਦੇਖੋ, BC ਦੇ ਵਿੱਚ ਮੇਰੇ ਖਿਆਲ ਜਿੰਨੀ ਆਪਣੀ ਕਮਿਊਨਿਟੀ ਭਲਵਾਨੀ 'ਚ ਤਰੱਕੀ ਕੀਤੀ, ਹੋਰ ਕਿ ਸਪੋਰਟਸ ਕੀਤੀ ਨਹੀਂ, ਤਾਂ ਗਾਂ ਉਹ ਤਾਂ ਯੂ ਨੋ, ਯੂ ਕੈਨ ਡੂ ਮੋਰ ਓਬਵੀਅਸਲੀ ਟੂ ਪ੍ਰਮੋਟ ਦ ਸਪੋਰਟ। ਯੂ ਨੋ, ਮੈਂ TV ਹੁਣ ਦੇਖਦਾ ਹੁੰਦਾ, ਕਈ ਵਾਰੀ ਖਰਲਿੰਗ ਦਿਖਾਉਂਦੇ ਆ, ਯੂ ਨੋ, ਪ੍ਰਾਈਮ TV 'ਤੇ ਜਾਂ ਹੋਰ, ਯੂ ਨੋ, ਹੋਰ ਸਪੋਰਟਸ,
Wrestling is very exciting sport, and you know, rule war vi udda change kite ya. So I don't agree with that 100%, but always ways to improve. Jadi marketing kind of sports is something we have to look at definitely. But jadi MMA ya, oh vi hun bo promote kar di sports nu. Ta you know, hun jitta jadon announcement bani si ki ਉਦੋਂ ਪਤਾ ਲੱਗਦਾ ਵੀ ਭਲਵਾਨ ਕਿੰਨੇ ਆ ਦੁਨੀਆ 'ਚ ਸਾਰੇ ਪਾਸੇ ਹੁਣ ਐਵਰੀ ਪ੍ਰੋਫੈਸ਼ਨ ਸਾਰੇ ਕਹਿੰਦੇ ਸੀ ਫਰੋਮ ਯੂ ਐਸ ਡਿਫੈਂਸ ਸੈਕਰਟਰੀ ਟੂ ਆਲ ਵੇ ਟੂ ਐਮ ਐਮ ਏ ਫਾਈਟਰਸ ਟੂ ਐਕਟਰਸ ਹਰੇਕ ਪ੍ਰੋਫੈਸ਼ਨ ਸੀਗੇ ਵੀ ਕਹਿੰਦੇ ਵੀ ਰੈਸਲਿੰਗ ਸ਼ੁੱਡ ਬੀ ਟੇਕਨ ਆਊਟ ਬਿਕੋਜ਼ ਦੇ ਹੈਡ ਰੈਸਲ ਰਾਈਟ ਬਸ ਔਨਲਾਈਨ ਪਟੀਸ਼ਨ ਇਹ ਕਰਦੇ ਆ ਫੇਸਬੁੱਕ 'ਤੇ ਚਲੋ ਸੇਵ ਓਲੰਪਿਕ ਰੈਸਲਿੰਗ ਜਾਂ ਟਵਿੱਟਰ 'ਤੇ ਸੇਵ ਓਲੰਪਿਕ ਰੈਸਲਿੰਗ ਨਾਲ ਦੀ ਨਾਲ ਮੈਂ ਵੀ ਟਰਾਈ ਕਰਦਾ ਮੇਰੀ ਵੈਬਸਾਈਟ 'ਤੇ ਵੀ ਪ੍ਰਮੋਟ ਕਰਨ ਲਈ ਵੀ ਇੱਦਾਂ ਕਰੋ ਇੱਦਾਂ ਕਰੋ ਅਪਡੇਟ ਕਰਨ ਲਈ ਵੀ ਕੀ ਹੁੰਦਾ ਆ ਬਹੁਤ ਚੱਲ ਰਿਹਾ ਦੁਨੀਆ ਦੇ ਸਾਰੇ ਪਾਸਿਓਂ ਜਪਾਨ ਵੱਲੋਂ ਵੀ ਉੱਧਰ ਕੱਲ੍ਹ ਅਨਾਊਂਸਮੈਂਟ ਆਈ ਸੀਗੀ ਫਿਲਪੀਨ ਤੋਂ ਅੱਜ ਸਵੇਰੇ ਆਈ ਸੀਗੀ ਯੂ ਨੋ ਸਪੋਰਟ ਵਾਸਤੇ ਸੋ ਜਦੋਂ ਇੰਨੇ ਲੋਕ ਪਿੱਛੇ ਹੋਣ ਇਹ ਗੱਲ ਨਹੀਂ ਹੋ ਸਕਦੀ ਮੇਰੇ ਖਿਆਲ ਪਰ ਮੈਂ ਗਾਂ ਗਾਂ ਨਿਆਣਿਆਂ ਲਈ ਵਾਸਤੇ ਇਹੀ ਕਹਿਣਾ ਚਾਹੁੰਦਾ ਵੀ ਹਲੇ ਕਰੀ ਚੱਲੋ ਮਿਹਨਤ ਤਰੱਕੀ ਕਰੀ ਚੱਲੋ ਓਲੰਪਿਕ ਵਾਸਤੇ ਸੋਚੋ 2020 ਐਂਡ ਬਿਯੋਂਡ ਯੂ ਨੋ ਕਰਕੇ ਇਹ ਅਸੀਂ ਹਲੇ ਫਾਈਟ ਕਰਦੇ ਹਾਂ ਵੀ ਇਹ ਹੋਊਗੀ ਗੇਮ ਵਿੱਚ ਜਿੱਦਾਂ 2020 ਦੀ ਜਦੋਂ ਗੇਮਸ ਹੋਣੀਆਂ ਮੈਂ ਤਾਂ ਘੁੰਡਾ ਨਹੀਂ ਉਦੋਂ ਮੇਰਾ ਟਾਈਮ ਲੰਘ ਜਾਣਾ ਪਰ ਇਹ ਗਾਂ ਹਾਂ ਜਨਰੇਸ਼ਨ ਲਈ ਮੈਂ ਇਹ ਫਾਈਟ ਕਰਦਾ ਵੀ ਜਿੱਦਾਂ ਜਿੰਨਾ ਮੈਂ ਹੁਣ ਬੈਨੀਫਿਟ ਕੀਤਾ ਰੈਸਿੰਗ ਵੱਲੋਂ ਗਾਂ ਆਪਣੀ ਕਮਿਊਨਿਟੀ ਗਾ ਆਪਣੇ ਨਿਆਣੇ ਸਾਰੇ ਉਹ ਵੀ ਬੈਨੀਫਿਟ ਕਰੀ ਜਾਣ ਬਹੁਤ ਸਾਰੇ ਲੋਕਾਂ ਦਾ ਖਿਆਲ ਹੈ ਕਿ ਈਰਾਨ ਭਾਰਤ ਅਤੇ ਰਸ਼ੀਆ ਵਰਗੇ ਦੇਸ਼ਾਂ ਨੂੰ ਤੰਗ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ ਪਰ ਕੁਝ ਵੀ ਭਰੋਸੇ ਨਾਲ ਨਹੀਂ ਕਿਹਾ ਜਾ ਸਕਦਾ ਮੇਰਾ ਖਿਆਲ ਤਾਂ ਨਹੀਂ ਕਰਕੇ ਜੇ ਦੇਖੀ ਜਾਵੇ ਤਾਂ ਇਟਸ ਅ ਮਨੀ ਮੇਕਿੰਗ ਬਿਜ਼ਨਸ ਜੇ ਇੰਡੀਆ ਵਿੱਚ ਆਵੇ ਦੈਟਸ ਓਵਰ ਬਿਲੀਅਨ ਪੀਪਲ ਟੀ ਵੀ 'ਤੇ ਤਾਂ ਉਹਨੇ ਦੇਖਣੀ ਆ ਉਹ ਪੈਸੇ ਤਾਂ ਬਣਨੇ ਆ ਓਲੰਪਿਕ ਕਮੇਟੀ ਨੂੰ ਯੂ ਨੋ ਬਾਕੀ ਦੇ ਮੁਲਕ ਵੀ ਜਿੰਨੇ ਵੀ ਦੇਖਦੇ ਆ ਉਹਨਾਂ ਨੂੰ ਜ਼ਿਆਦਾ ਪੈਸੇ ਬਣਦੇ ਆ ਦੈਟਸ ਬੌਟਮ ਲਾਈਨ ਪਰ ਜੇ ਦੇਖਿਆ ਜਾਵੇ ਉੱਦਾਂ ਫਿਰ ਵੀ ਲਾਈਕ ਇਰਾਨ ਇਹ ਸਭ ਤੋਂ ਯੂ ਨੋ ਦੈਟਸ ਦੇ ਨੈਸ਼ਨਲ ਸਪੋਰਟ ਜਿੱਦਾਂ ਆਪਣੀ ਇੱਥੇ ਹਾਕੀ ਆ ਉਹਨਾਂ ਦੇ ਭਲਵਾਨੀ ਆ ਸੋ ਯੂ ਨੋ ਉਹਨਾਂ ਨੂੰ ਫੀਲ ਤਾਂ ਹੋਣਾ ਹੀ ਆ ਵੀ ਇਹ ਕਰਤੇ ਵੀ ਸਾਡੇ ਮੁਲਕ ਨੂੰ ਕੀ ਹੋ ਜਾਣਾ ਜਿੱਦਾਂ ਜੇ ਕੈਨੇਡਾ ਵਾਲੀ ਜੇ ਹਾਕੀ ਕਰਤੀ ਕੈਨੇਡਾ ਨੇ ਇਹੀ ਕਹਿਣਾ ਵੀ ਸਾਡੇ ਨੂੰ ਇਹ ਬਹੁਤ ਔਖਾ ਹੋਇਆ ਵੀ ਸਾਡੇ ਕਰਕੇ ਇਹਨੇ ਕੱਢਿਆ ਸੋ ਯੂ ਨੋ ਟਰਕੀ ਵੀ ਕਹਿੰਦੀ ਆ ਉਹਨਾਂ ਨੇ ਇੱਕ ਹੀ ਗੋਲਡ ਮੈਡਲ ਜਿੱਤਿਆ ਸੀ ਲਾਸਟ ਓਲੰਪਿਕਸ ਰੈਸਲਿੰਗ ਦੇ ਵਿੱਚ ਸੋ ਕਈ ਮੁਲਕ ਇਹੀ ਹੁੰਦਾ ਇਹਨਾਂ ਦਾ ਕਰਕੇ ਉਹਨਾਂ ਕੋਲ ਇੰਨਾ ਪੈਸਾ ਨੇਗਾ ਸਿੱਧਾ ਇਹੀ ਆ ਵੀ ਮੈਟ ਵਿਛਾਓ ਤਾਂ ਯੂ ਨੋ ਕੁਸ਼ਤੀ ਕਰੋ ਬਸ ਸੋ ਯੂ ਨੋ ਮੇਰੇ ਖਿਆਲ ਤਾਂ ਨਹੀਂ ਵੀ ਓਲੰਪਿਕ ਕਮੇਟੀ ਇੱਦਾਂ ਸੋਚਦੀ ਆ ਕਰਕੇ ਜਿੰਨੇ ਵੀ ਜ਼ਿਆਦਾ ਦੇਖਦੇ ਓਲੰਪਿਕਸ ਨੂੰ ਉਹਨਾਂ ਨੂੰ ਜ਼ਿਆਦਾ ਪੈਸਾ ਬਣਦਾ ਹਰੇਕ ਮੁਲਕ ਦਾ ਡਿਫਰੈਂਟ ਹੁੰਦੀ ਆ ਜੀ ਜਿੱਦਾਂ ਆਪਣੇ ਇੱਥੇ ਕੈਨੇਡਾ ਦੇ ਵਿੱਚ ਇੰਨਾ ਹੈ ਨਹੀਂ ਜਿੰਨਾ ਬਾਕੀ ਦੇ ਮੁਲਕਾਂ 'ਚ ਆ ਮੈਂ ਗਿਆ ਸੀ ਲਾਸਟ ਜੇ ਸੀਗਾ ਮੈਂ ਕਿੱਥੇ ਸੀ ਕੈਂਪ ਯੂਕਰੇਨ ਸੀਗਾ ਕੈਂਪ ਤਾਂ ਉੱਥੇ ਟਰਕੀ ਦੀ ਟੀਮ ਸੀਗੀ ਨਾਲ ਹੋਟਲ 'ਚ ਰਹਿੰਦੀ ਤਾਂ ਉਹਨਾਂ ਨਾਲ ਗੱਲਾਂ ਕਰਦੇ ਸੀ ਪੁੱਛਦੇ ਸੀ ਵੀ ਕੀ ਆ ਤੁਹਾਨੂੰ ਬੈਨੀਫਿਟ ਕੀ ਮਿਲਦੇ ਤਾਂ ਅਸੀਂ ਬਸ ਇਹੀ ਕਿਹਾ ਸੀ ਮਾੜੀ ਮੋਟੀ ਮਿਲ ਜਾਂਦੀ ਸਪੋਰਟ ਕਮਿਊਨਿਟੀ ਵੱਲੋਂ ਜ਼ਿਆਦਾ ਮਿਲਦਾ ਸਪੋਰਟ ਉੱਦਾਂ ਤਾਂ ਬਾਕੀ ਸ਼ੌਂਕ ਲਈ ਆ ਵੀ ਜਿੱਦਾਂ ਯੂ ਨੋ ਤਾਂ ਉਹ ਕਹਿੰਦੇ ਵੀ ਅਸੀਂ ਫਿਰ ਪੁੱਛਿਆ ਉਹਨਾਂ ਨੂੰ ਵੀ ਤੁਹਾਨੂੰ ਕੀ ਮਿਲਦਾ ਤਾਂ ਉਹਨਾਂ ਨੂੰ $1.5 million ਮਿਲਦਾ ਸੀ ਜਦ ਦੇ ਸੋ ਯੂ ਨੋ ਦੈਟਸ ਟਰਕੀ ਬਾਕੀ ਯੂ ਐਸ 'ਚ ਵੀ $500,000 ਉੱਥੇ ਮਿਲਦਾ ਪਰ ਉਹਨਾਂ ਦੇ ਕੋਰਪੋਰੇਟ ਸਪੋਂਸਰ ਵੀ ਬਹੁਤ ਆ ਗੇਟਰੇਡ ਨਾਈਕੀ ਯੂ ਨੋ ਦੈਟ ਟਾਈਪ ਆਫ ਸਟਾਫ ਸੋ ਉਹ ਵੀ ਸੈੱਟ ਮਾਰੇ ਹੋਏਂਦੇ ਹਰੇਕ ਮੁਲਕ ਦਾ ਡਿਫਰੈਂਟ ਹੁੰਦਾ ਆ ਪਰ ਇਹ ਮੇਰੀ ਪੈਸ਼ਨ ਆ ਜਿੱਦਾਂ ਬੰਦਾ ਖੁਸ਼ ਰਹਿੰਦਾ ਵੀ ਇੱਦਾਂ ਯੂ ਨੋ ਰਹਿਣਾ ਚਾਹੀਦਾ ਸੋ ਮੇਰੇ ਲਈ ਭਰਵਾਨੀ ਨੇ ਯੂ ਨੋ ਆਊਟਸਾਈਡ ਆਫ ਮਨੀ ਬਹੁਤ ਮਿਲਿਆ ਮੈਨੂੰ ਸਪੋਰਟਸ ਵੱਲੋਂ ਤਾਂ ਯੂ ਨੋ ਆਊਟ ਇਫ ਆਈ ਖਡ ਆਊਟ ਸਟਿਲ ਡੂ ਇਟ ਅਗੈਨ ਨੋ ਨੋ ਬਿਜ਼ਨਸ ਆ ਇਹ ਜੀ ਓਲੰਪਿਕ ਕਮਿਊਨਿਟੀ ਇਹ ਬਿਜ਼ਨਸ ਆ ਤਾਂ ਨਹੀਂ ਉਹ ਹਰੇਕ ਫੈਡਰੇਸ਼ਨ ਨੈਸ਼ਨਲ ਫੈਡਰੇਸ਼ਨ ਆਪਣੇ ਐਥਲੀਟਾਂ ਨੂੰ ਸਪੋਰਟ ਕਰਦੀ ਆ ਪਰ ਜਿਹੜੀ ਓਲੰਪਿਕ ਕਮਿਊਨਿਟੀ ਆਏ ਉਹ ਸੀ ਦੇ ਡੋਂਟ ਹੈਵ ਟੂ ਗਿਵ ਐਨੀਥਿੰਗ ਟੂ ਐਨੀਬਾਡੀ ਇਹ ਉਹਨਾਂ ਦੀ ਆਪਣੀ ਜਿੱਦਾਂ ਬਿਜ਼ਨਸ ਆ ਪ੍ਰਾਈਵੇਟ ਬਿਜ਼ਨਸ ਆ ਤਾਂ ਡੈਫੀਨਟਲੀ ਵੀ ਯੂ ਨੋ ਦੇ ਹੈਵ ਟੂ ਬਿਲਡ ਦ ਵੈਨਿਊਜ਼ ਓਪਨਿੰਗ ਸੈਰੇਮੋਨੀਜ਼ ਕਲੋਜ਼ਿੰਗ ਸੈਰੇਮੋਨੀਜ਼ ਉੱਤੇ ਪੈਸਾ ਬਹੁਤ ਲੱਗਦਾ ਪਰ ਅ ਲੋਟ ਆਫ ਦੈਟ ਹੋਸਟ ਕੰਟਰੀ ਵੀ ਲੈ ਜਾਂਦੀ ਦੇ ਪੁੱਟ ਅਪ ਅ ਲੋਟ ਆਫ ਮਨੀ ਫੋਰ ਦੈਟ ਰਾਈਟ ਮਿਲੀਅਨਸ ਐਂਡ ਮਿਲੀਅਨਸ ਸੋ ਯੂ ਨੋ A lot of people have this and that to say about the IOC and you know for now that's not our focus apni hagi vi eh jehdi decision hai eh ladni hai apan puri ta you know ap jidda apan palwan hai ladnu gijje hai so this is another fight we have to win no bas you know hold out hope you know I was very emotional when I first found out very you know there's one thing I've had my whole life and I have everything to give to I owe to the sport of wrestling right
you know, baki nyanyanu just keep training, keep aiming for the Olympic gold medal, and Olympians like myself and other businessmen, we will continue to fight. Gold detail, Punjabi Sports, Richmond.